ਅੱਜ ਫੜੋ ਕੋਈ ਨਾ ਖਾਣ ਦੀ ਦੇਖਦੇ ਆ ਫਿਰ ਮੁੱਕਰ ਦੀ ਦੇਖਿਓ ਕਹਿੰਦਾ ਮੰਮੀ ਤੂੰ ਤਾਂ ਕਹਿੰਦੀ ਮੈਂ ਖਾਣੇ ਨਹੀਂਗੇ ਤੂੰ ਤਾਂ ਕਹਿੰਦੀ ਖਾਣੇ ਨਹੀਂ ਮੈਂमामियां नानियां गुस्से हो जांदियां सब तो भट्टी सेवा बाई हुणां दी आ जिन्हां ने बर्तन साफ करने आ वाहिगुरु जी का खालसा वाहिगुरु जी की फतेह वाहिगुरु वाहे। हाँ जी सवेर दे बज चुके ने चार ते जो कली वाले वीरां दी सब तो वड्डी सेवा हुंदी आ इह कली दी सेवा सब तो वड्डी सेवा हुंदी आ ते बाई हुणी कली दी सेवा कर रहे ने गुरु साहब के स्वागत लई वेलकम लिखा जा रहा कली दे नाल फुल बूटियां तैयार करतियां बाई ने कलाकार पूरे बंदे कलाकार वेलकम सवेर दे छे बज चुके आ ते भट्ठी करती आ शुरू हाँ सत श्री अकाल तेरा ब्लड वाग जाना इन्ने पाले आए डॉक्टर ने भजेगी फिर वो काट ना हूं खा ला कोई ना दवाई लेके आई है नाल है अज तक तेन मैं रंगे हथी फड़िया मैं कहा मगर ही रहा मैं देखना किन्ने चक दी है फड़ लिया देखे तू तो कहनी मैं खाने नहीं गे तू तो कहनी खाने नहीं मैं आ गया ला बाचे ये खाने दे टाइम ही आता हों अपने को ये खाने दे टाइम अज भी नहीं लैके आया ला तीजा दिन अज लैके आया तीजा दिन अज भी नहीं आई नगाता हाँ आऊगी आऊगी कुछ नहीं आना इन्हें ला जानी आपकी डांज लै नहीं नहीं आज तक तेन मैं उतो ही फड़ लिया अज त नहीं यार ब्लड बज जाना वा तेनू की पता बाद सानू खजल करना इन्हें शर्म शुरम हैगी है काले चिट्टे रखे नी कि बर्फी अज अज मेरे हाल वधिया चीजा खांदे आ माड़ी चीज खांदे ही नहीं पनीर आले पांच छे दा खा गया बाकी रह गए मैं कहूं पहला प्लेट वध भरी सी हैं मामा तू तो पहला ही नंबर लाता यार सत श्री अकाल जी हुण खड़का तो गया खाला कुछ नहीं आता चक दे काम नूं ਇਹ ਟੀਚਰ ਮੰਨਦੇ ਆ ਬਾਈ ਰਜਦੀਆਂ ਦਾਲਾਂ ਆਲੂ ਗੰਨੇ ਦੇ ਰਹੋ ਵਾਲਾ ਆਲੂ ਕਰਾ ਫਿੱਟ ਕਰਕੇ ਲਾ ਦੇ ਆਉਂਗੇ ਕਦੋਂ ਬੰਦੇ ਦਾ ਅੱਧੇ ਮੁੜ ਗਏ ਆ ਸਾਡੇ ਜਿੰਨਾ ਗੰਨਾ ਬਚ ਗਿਆ ਪੈਸੇ ਲੈਣਿਆ ਥੋਤੋਂ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਦਿਓ ਬਾਈ ਜਮਾ ਕਣਕਾ ਨਹੀਂ ਰਹਿਣ ਚਾਹੀਦਾ पैसे नहीं मिलने थानू पैसे तो उम्र नहीं देने असी जलेबी का समान बढ़ता भी
ਭੱਠੀ ਸੇਵਾ ਬਾਈ ਹੁਣਾਂ ਦੀ ਆ ਜਿਨ੍ਹਾਂ ਨੇ ਬਰਤਨ ਸਾਫ਼ ਕਰਨੇ ਆ। ਕਿਉਂ ਬੱਬੂ ਸਿੰਘ ਕਿਵੇਂ ਆ? ਸਭ ਤੋਂ ਵੱਡੀ ਸੇਵਾ ਬਾਈ ਹੁਣਾਂ ਦੀ। ਅੜੀ ਓਨਾ ਹੀ ਨਿਚੋੜਨਾ ਜਿੰਨੇ ਦੀ ਤੁਸੀਂ ਊਂ ਰੇੜੀ ਲਾ ਕੇ ਬਾਅਦ ਚੋਂ ਗੰਨਾ ਤਿੰਨ ਚਾਰ ਵਾਰੀ ਪੀੜੋ। ਇਹਦਾ ਇੱਕ ਇੱਕ ਵਾਰੀ ਪੀੜ ਕੇ ਕੰਮ ਮੁਕਾਈ ਜਾਂਦੇ ਆ ਯਾਰ। ਚਾਰ ਪੰਜ ਵਾਰੀ ਕੱਢੋ ਇਹਨੂੰ ਵਿੱਚ ਦੀ, ਓਨਾ ਹੀ ਜੂਸ ਕੱਢਣਾ ਜਿੰਨਾ ਪਾਸੋਂ ਸਾਡਾ ਜਲੂਸ ਨਿਕਲਿਆ। ਸਹੀ ਗੱਲ ਆ, ਸਾਰੀ ਸਾਰੀ ਦਿਹਾੜੀ ਲਾ ਬੱਲੇ ਮਿੱਠੂ ਕੰਮ ਚਲਾ ਲਿਆ। ਵਧਾਈਆਂ ਫਿਰ। ਉਹ ਕਾਠੀ ਬਹੁਤ ਆ ਗੰਨੇ ਦੇ ਰਸ ਕੋਲੇ ਦਾ ਯਾਰ, ਧੱਕਾ ਪਈ ਜਾਂਦਾ। ਤੈਨੂੰ ਬਾਲਾ ਨਾ ਖੜਾ ਹੋਏ ਨੇ, ਤੁਹਾਡੇ ਬੰਦੇ ਪੱਟ ਲੈਣੇ ਆ। ਇਹ ਹਿਸਾਬ ਪਾ ਜਾਣਾ ਇਹਨੇ ਤੁਹਾਡਾ ਵੀ ਕਿਵੇਂ ਕੀ ਕਰਦੇ ਆ। ਇਹਦਾ ਊਂ ਵੀ ਜਨਮ ਦਿਨ ਅੱਜ ਤਾਂ ਪਿਆਓ ਯਾਰ ਇਹਨੂੰ। ਹਾਂ ਇਹਦਾ ਪਾਰਟ ਥੋੜੇ ਆ। ਇਹਨਾਂ ਦਾ ਸਨਮਾਨ ਕਰਨ
ਮਿੱਟੂ ਯਾਰ ਤੂੰ ਨਾ ਜੂਸ ਵਾਲਾ ਹੁਣ ਅੱਜ ਤੋਂ ਤੈਨੂੰ ਜੂਸ ਵਾਲੇ ਕਹਿਣਗੇ ਇੱਥੇ ਪੁੜੀ ਤੇ ਲਾ ਲਿਆ ਕਰ ਰੇੜੀ ਵਧੀਆ ਚਲਾ ਦਿਆਂਗੇ ਹੁਣ ਜਲੂਸ ਤਾਂ ਤੂੰ ਜਰੂਰ ਜੂਸ ਉਹ ਨਹੀਂ ਕਹਿੰਦੇ ਉਹ ਉਧਰੋਂ ਸੱਦਾ ਪੱਤਰ ਆਏ ਕਹਿੰਦੇ ਪਰ ਕਹਿੰਦੇ ਮਾਮੀਆਂ ਨਾਨੀਆਂ ਗੁੱਸੇ ਹੋਈ ਜਾਂਦੀਆਂ ਮੈਂ ਕਿਹਾ ਗੁੱਸੇ ਨਹੀਂ ਕਰਨੀਆਂ ਆਪਾਂ ਅੱਛਾ ਉਹ ਲੈ ਖੜਾ ਮੋੜ ਤੇ ਆ ਮਿਲਾ ਦਿੰਦੇ ਆ ਮਿਲਾ ਦਿੰਦੇ ਸਹੀ ਗੱਲ ਹੈ ਧੱਕਾ ਨਾ ਕਰੋ ਮਸ਼ੀਨ ਨਾ ਮਿੱਠੂ ਤੈਨ ਰੀ ਬੰਦ ਕਰਤੀ ਤੂੰ ਇਹ ਖਿਲਾੜੀ ਨਾਲ ਧੱਕਾ ਕਰਦੇ ਰੇ ਸਹੀ ਗੱਲ ਆ ਮਤਲਬ ਪਾਣੀ ਪਾ ਰੜੀ ਤੇ ਪਾਣੀ ਪਾ ਦਾ ਵਿੱਚ ਵਿੱਚ ਮਿੱਠੂ ਹੱਥ ਨਾ ਲੈ ਜੀ ਨਾਲ ਹੀ ਨਹੀਂ ਹਾਂ ਸਭ ਤਾਂ ਰੱਖਿਆ ਫੜ ਤੂੰ ਠੀਕ ਆ ਯਾਕ ਦੇਖੀ ਦੂਰਾ ਕਿਹੜਾ ਹੈ ਬੜੀ ਪੰਜ ਕਿਹੜੇ ਨੇ ਓਏ ਸੰਗ ਸੁੰਗ ਖਾ ਲਈ ਦੀ ਹੁੰਦੇ ਜੋ ਰਾਸਣ ਮਾਸੀ ਦਾ ਤਾਂ ਢੱਡ ਦਾ ਤੇਰਾ ਹੀ ਆ ਨਾਲੇ ਉਹਨੇ ਕਿਹਾ ਵੀ ਮੈਨੂੰ ਨਹੀਂ ਆਉਣਾ ਨਹੀਂ ਆਉਣਾ ਹੜਦਾਂ ਨਹੀਂ ਹੁੰਦੀਆਂ ਫਿਰ ਹਨਾ ਵੀ ਹਾਂ ਉਹਦਾ ਪੇਪਰ ਆ ਕੱਲ੍ਹ ਨੂੰ ਵਿਚਾਰੇ ਨੂੰ ਹੁਣ ਛੱਡ ਕੇ ਨਹੀਂ ਆਉਂਦਾ ਕੋਈ ਪੇਪਰ ਕਾਹਦਾ ਕੱਲ੍ਹ ਨੂੰ ਪੂਰੀ ਫੁੱਲ ਫਾਰਮ ਕੀ ਹੁੰਦੀ ਆ ਹੈ ਗਾਹਾਂ ਕੀ ਗਾਹਾਂ ਸੋਸ਼ਲ ਸਾਇੰਸ ਦੇ ਕਹਿੰਦੇ ਆ ਨਾ ਗਾਹ ਵੀ ਹੁੰਦਾ ਟੀ ਤੇ ਇਹੋ ਜਿਹਾ ਪੇਪਰ ਕਰੇਗਾ ਤੂੰ ਯਾਰ ਸਤਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਆਹੇ ਵਾਹਿਗੁਰੂ 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 ਜੀ ਅਜੇ ਪਕੌੜੀ ਚੱਲਦੇ ਆ ਹੁਣ ਮੈਂ ਚਾਚਿਆ ਕਹਾਂ ਕਬੀਰਾ ਕਹਾਂ ਚਾਚਾ ਹੀ ਕਹਿ ਦਿੰਦੇ ਚਾਚੀ ਹੁਣ ਬਾਰੀ ਆਈ ਹੈ ਹਜੇ ਪਕੌੜਿਆਂ ਦੀ ਇਹਦਾ ਵੀ ਦਹਿਸ਼ਤ ਆਉਂ ਚਾਚੇ ਦੀ ਊਂ ਰੋਟੀ ਚੱਲੀ ਜਾਂਦੀ ਇਹਨਾਂ ਨੇ ਪਕੌੜੇ ਲਿਆਂਦੇ ਆ ਚੱਕ ਦਿਓ ਕੰਮ ਜਲੇਬੀ ਵੱਧ ਗਈ ਸੀ ਪਹਿਲਾਂ ਚਾਹ ਨਹੀਂ ਬਣੋ ਆ ਸਰਮ ਕਰ ਲਾ ਦੂ ਦੂਰੀ ਸ਼ਿਫਟ ਲਾ ਤੀ ਕਿੰਨੇ ਦਿਨ ਰੋਟੀ ਛੱਡੀ ਆ ਕੱਲ੍ਹ ਹੱਥਾਂ ਦੀ ਛੱਡੀ ਲੱਗਦੀ ਮੈਨੂੰ ਸੋਹਣੀ ਤੇਰੀ ਰੋਟੀ ਕੰਮ ਤੂੰ ਸਰਮੇ ਤੋਂ ਉੱਠੇ ਨਹੀਂ ਹਜੇ ਤੱਕ ਬੰਦੇ ਨੂੰ ਵੀ ਕਿਹਾ ਬਾਈ ਆਹ ਦੇਖ ਲੋ ਬਈ ਚਾਚਾ ਜਲੇਬੀ ਲੈ ਚੱਲ ਦੋ ਭਰਨੇ ਆ ਗਰਮ ਗਰਮ ਜਲੇਬੀ ਉਹ ਕੜਾਹੇ ਵਾਲੀ ਗੱਲ ਸਹੀ ਹੈ ਬਈ ਇਹਦਾ ਮੰਨਿਆ ਨੀ ਰਾਤ ਇਹਨਾਂ ਦੇ ਘਰਾਂ ਚੋਂ ਸੀਗਾ।